ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਦੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਜਿਹੜੀਆਂ ਵੈਪਨ ਕਲਾਸਾਂ ਲੱਗਦੀਆਂ ਨੇ ਉਹਦੇ ਬਾਰੇ ਆਪਾਂ ਜਿਹੜੀ ਗੱਲਬਾਤ ਕਰਾਂਗੇ, ਕਿਹੜੇ ਕਿਹੜੇ ਵੈਪਨ ਹੈ ਜਿਨ੍ਹਾਂ ਦਾ ਫਾਇਰ ਹੋਣਾ ਹੈਗਾ, ਠੀਕ ਹੈ, ਕੀ ਕੁਛ ਹੁੰਦਾ ਵੈਪਨ ਟ੍ਰੇਨਿੰਗ ਦੇ ਵਿੱਚ, ਇਹ ਸਾਰਾ ਕੁਛ ਕੀ ਹੈ ਤੁਹਾਨੂੰ ਜੇਕਰ ਤੁਸੀਂ ਇਹ ਸਾਰਾ ਕੁਝ ਜਾਣਨਾ ਚਾਹੁੰਦੇ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਜੁੜੇ ਰਹਿਣਾ। ਸੋ ਜੇ ਆਪਾਂ ਗੱਲ ਕਰੀਏ ਵੈਪਨ ਟ੍ਰੇਨਿੰਗ ਦੀ, ਤਾਂ ਸਭ ਤੋਂ ਪਹਿਲਾਂ ਤਾਂ ਕੀ ਹੈ ਤੁਹਾਨੂੰ ਜਿਹੜਾ ਵੈਪਨ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਊਗੀ, ਹਰ ਤਰ੍ਹਾਂ ਦੇ ਵੈਪਨ ਦੇ ਬਾਰੇ, ਵੀ ਇਹਦੇ ਵਿੱਚ ਕਿੰਨੇ ਰਾਉਂਦ ਪੈਂਦੇ ਆ, ਇਹਦੀ ਲੰਬਾਈ ਕਿੰਨੀ ਹੈ, ਚੜਾਈ ਕਿੰਨੀ ਹੈ, ਕਿੱਥੋਂ ਕੌਕ ਹੋਣਾ, ਠੀਕ ਹੈ ਜੀ, ਅਤੇ ਇਹਦਾ ਜਿਹੜਾ ਨਿਰੀਖਣ ਆ ਉਹ ਕਿੱਦਾਂ ਕਰਨਾ ਹੈਗਾ, ਠੀਕ ਹੈ, ਮੈਗਜ਼ੀਨ ਹੈ ਜਿਹੜਾ ਮੈਗਜ਼ੀਨ ਦੇ ਵਿੱਚ ਰਾਉਂਦ ਹੈ ਉਹ ਕਿੱਦਾਂ ਭਰਨੇ ਹੈਗੇ, ਠੀਕ ਹੈ, ਕਿੰਨੇ ਮੈਗਜ਼ੀਨ ਦੇ ਵਿੱਚ ਕਿੰਨੀ ਕਪੈਸਿਟੀ ਹੈ ਮੈਗਜ਼ੀਨ ਦੀ, ਕਿੰਨੇ ਰਾਉਂਦ ਪੈਣਗੇ, ਇਹ ਸਾਰਾ ਕੁਛ ਕੀ ਹੈ ਤੁਹਾਨੂੰ ਪਹਿਲਾਂ ਦੱਸਿਆ ਜਾਵੇਗਾ, ਠੀਕ ਹੈ। ਅਤੇ ਇਸ ਤੋਂ ਇਲਾਵਾ ਇਹਦਾ ਖੋਲ੍ਹਣਾ ਜੋੜਨਾ, ਇਹਨੂੰ ਕਿਵੇਂ ਖੋਲ੍ਹਣਾ ਹੈਗਾ, ਠੀਕ ਹੈ, ਇਹਨੂੰ ਕਿੱਦਾਂ ਜੋੜਨਾ ਹੈਗਾ, ਕਿੱਥੋਂ ਕੌਕ ਕਰਨਾ ਹੈਗਾ, ਅਤੇ ਇਹ ਸਾਰਾ ਕੁਝ ਦੱਸਿਆ ਜਾਵੇਗਾ ਤੁਹਾਨੂੰ। ਇਸ ਤੋਂ ਇਲਾਵਾ ਵੀ ਕਿੱਦਾਂ ਜਿਹੜਾ ਤੁਸੀਂ ਨੇ ਜਿਹੜਾ ਏਮ ਕਿੱਦਾਂ ਲੈਣਾ ਹੈਗਾ, ਠੀਕ ਹੈ, ਫਾਇਰ ਆ ਜਿਹੜਾ ਤੁਸੀਂ ਨੇ ਕਿੱਦਾਂ ਕਰਨਾ ਹੈਗਾ, ਲੇਟ ਕੇ ਤੁਸੀਂ ਫਾਇਰ ਕਿੱਦਾਂ ਕਰਨਾ ਹੈਗਾ, ਖੜ੍ਹੇ ਹੋ ਕੇ ਜਿਹੜਾ ਤੁਸੀਂ ਫਾਇਰ ਆ ਉਹ ਕਿੱਦਾਂ ਕਰਨਾ, ਇਹ ਤਿੰਨ ਚਾਰ ਪੁਜੀਸ਼ਨ ਹੁੰਦੀਆਂ ਨੇ, ਹਰ ਇੱਕ ਪੁਜੀਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਵੀ ਕਿੱਦਾਂ ਤੁਸੀਂ ਨੇ ਕੀ ਹੈਗਾ ਜਿਹੜਾ ਫਾਇਰ ਆ ਉਹ ਕਰਨਾ ਹੈਗਾ, ਫਾਇਰ ਕਰਨ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ, ਠੀਕ ਹੈ ਜੀ, ਆਪਣੇ ਸਾਹ ਦੇ ਉੱਪਰ ਕਿੱਦਾਂ ਕੰਟਰੋਲ ਕਰਨਾ, ਇਹ ਸਾਰੀਆਂ ਚੀਜ਼ਾਂ ਪਹਿਲਾਂ ਤੁਹਾਨੂੰ ਕੀ ਜਿਹੜੀਆਂ ਸਿਖਾਈਆਂ ਜਾਣਗੀਆਂ, ਸਾਰੇ ਵੈਪਨਾਂ ਦਾ ਖੋਲ੍ਹਣਾ ਜੋੜਨਾ ਤੁਹਾਨੂੰ ਸਿਖਾਇਆ ਜਾਵੇਗਾ, ਠੀਕ ਹੈ ਜੀ, ਪਿਸਟਲ, ਗ੍ਰੇਨਾਈਡ, 47 SLR, LMG, ਠੀਕ ਹੈ, ਇੱਦਾਂ ਇਹ ਸਾਰੇ ਵੈਪਨ ਦਾ ਤੁਹਾਨੂੰ ਕਿਵੇਂ ਖੋਲ੍ਹਣਾ, ਇਹਨਾਂ ਨੂੰ ਕਿਵੇਂ ਜੋੜਨਾ ਹੈਗਾ, ਕਿਵੇਂ ਫਾਇਰ ਕਰਨਾ ਹੈਗਾ, ਠੀਕ ਹੈ ਜੀ, ਅਤੇ ਇਹਨਾਂ ਦੇ ਵਿੱਚ ਕਿੰਨੇ ਕਿੰਨੇ ਰਾਉਂਦ ਪੈਂਦੇ ਹੈਗੇ, ਕਿੰਨੇ ਕਿੰਨੇ MM ਦੇ ਰਾਉਂਦ ਪੈਂਦੇ ਹੈਗੇ, ਠੀਕ ਹੈ, ਇਹ ਸਾਰਾ ਕੁਛ ਤੁਹਾਨੂੰ ਕੀ ਹੈਗਾ ਦੱਸਿਆ ਜਾਵੇਗਾ। ਇਹ ਸਾਰਾ ਕੁਛ ਤੁਹਾਡਾ ਚੱਲੇਗਾ 15-20 ਦਿਨ ਜਾਂ ਮਹੀਨਾ ਮੰਨ ਕੇ ਚੱਲੋ, ਇਹਦੇ ਵਿੱਚ ਤੁਹਾਨੂੰ ਕੀ ਹੈ ਸਾਰਾ ਕੁਛ ਵੈਪਨ ਦੇ ਬਾਰੇ ਜੋ ਤੁਹਾਨੂੰ ਜਾਣਕਾਰੀ ਹੋਊਗੀ, ਤੁਹਾਨੂੰ ਉਹਦਾ ਖੋਲ੍ਹਣਾ ਜੋੜਨਾ ਆ ਗਿਆ, ਠੀਕ ਹੈ, ਵੈਪਨ ਨੂੰ ਕਿਵੇਂ ਖੋਲ੍ਹਣਾ ਹੈ, ਕਿਵੇਂ ਜੋੜਨਾ ਹੈ, ਕਿੱਦਾਂ ਵੈਪਨ ਨੂੰ ਕੌਕ ਕਰਨਾ ਹੈਗਾ, ਠੀਕ ਹੈ, ਮੈਗਜ਼ੀਨ ਦੇ ਵਿੱਚ ਰਾਉਂਦ ਕਿੱਦਾਂ ਭਰਨੇ ਹੈਗੇ, ਠੀਕ ਹੈ ਜੀ, ਕਿਹੜੀ ਗੰਨ ਹੈ ਜਿਹੜੀ ਉਹ ਕਿਸ ਜਿਹੜੀ ਕਿਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦੀ ਹੈਗੀ, ਸਾਰੀਆਂ ਚੀਜ਼ਾਂ ਕੀ ਤੁਹਾਨੂੰ ਦਿੱਤੀ ਜਾਣਗੀਆਂ। ਅਤੇ ਇਹਨਾਂ ਦਾ ਤੁਹਾਡਾ ਜਿਹੜਾ ਟੈਸਟ ਆ ਉਹ ਲਿਖਤੀ ਟੈਸਟ ਵੀ ਹੋਣਾ ਹੈਗਾ, ਠੀਕ ਹੈ, ਲਿਖਤੀ ਟੈਸਟ ਦੇ ਵਿੱਚ ਤੁਹਾਨੂੰ ਕੀ ਹੈਗਾ ਪੁੱਛਿਆ ਜਾਵੇਗਾ ਵੈਪਨ ਦੇ ਬਾਰੇ ਜਾਣਕਾਰੀ ਪੁੱਛੀ ਜਾਵੇਗੀ, ਕਿਹੜਾ ਵੈਪਨ ਕਿਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦਾ ਹੈਗਾ, ਠੀਕ ਹੈ ਜੀ, ਕਿਹੜੇ ਵੈਪਨ ਦੀ ਕੀ ਨਾਮ ਫੁੱਲ ਨਾਮ ਕੀ ਹੈ ਵੈਪਨ ਦਾ, ਠੀਕ ਹੈ, ਮੈਗਜ਼ੀਨ ਦੇ ਵਿੱਚ ਕਿੰਨੇ ਰਾਉਂਦ ਪੈਂਦੇ ਹੈਗੇ, ਬੈਰਲ ਦੀ ਲੰਬਾਈ ਕਿੰਨੀ ਹੈ, ਬੈਰਲ ਦੀ ਚੜਾਈ ਕਿੰਨੀ ਹੈ, ਇੱਦਾਂ ਦੇ ਜਿਹੜੇ ਸਵਾਲ ਆ ਤੁਹਾਡੇ ਤੋਂ ਪੇਪਰ ਦੇ ਵਿੱਚ ਜਿਹੜਾ ਉਹ ਪੁੱਛੇ ਜਾਣਗੇ ਵੈਪਨ ਦੇ ਬਾਰੇ। ਅਤੇ ਜਦੋਂ ਤੁਹਾਡੇ ਕੀ ਹੈ ਫਾਇਰ ਹੋ ਜਾਂਦੇ ਹੈਗੇ, ਠੀਕ ਹੈ, ਤੁਹਾਡੇ ਜਦੋਂ ਫਾਇਰ ਹੋ ਗਏ, ਫਾਇਰ ਹੋਣ ਤੋਂ ਬਾਅਦ ਹੀ ਤੁਹਾਡੇ ਜਿਹੜਾ ਝਾਲਰ ਹੈਗਾ ਉਹ ਲੱਗਣਾ ਹੈਗਾ, ਉਹਨਾਂ ਟਾਈਮ ਤੁਹਾਡੇ ਜਿਹੜਾ ਝਾਲਰ ਆ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਨਹੀਂ ਲੱਗਣਾ, ਸਿਰਫ ਉਹਨਾਂ ਟਾਈਮ ਤੁਸੀਂ ਇਕੱਲੀ ਜਿਹੜੀ ਪੱਗ ਹੈਗੀ, ਠੀਕ ਹੈ, ਉਹ ਪੱਗ ਬੰਨ ਸਕਦੇ ਹੋ, ਜਿਹੜਾ ਝਾਲਰ ਦੇ ਪੱਲੂ ਹੈਗਾ ਉਹ ਜਦੋਂ ਤੁਹਾਡੇ ਫਾਇਰ ਹੋ ਗਏ ਉਦੋਂ ਤੁਸੀਂ ਨੇ ਕੀ ਹੈ ਪੱਕੇ ਸਿਪਾਹੀ ਬਣ ਜਾਣਾ ਹੈਗਾ, ਇਸ ਤੋਂ ਪਹਿਲਾਂ ਤੁਸੀਂ ਨੇ ਰੰਗਰੂਟ ਹੋਣਾ। ਸੋ ਜਦੋਂ ਤੁਹਾਡਾ ਫਾਇਰ ਹੋ ਗਿਆ, ਫਾਇਰ ਤੋਂ ਬਾਅਦ ਤੁਹਾਡੇ ਕੀ ਹੈਗਾ ਜਿਹੜੇ ਝਾਲਰ ਹੈਗੇ ਉਹ ਲੱਗ ਜਾਣਗੇ। ਅੱਛਾ, ਅਤੇ ਫਾਇਰ ਹੈ ਜਿਹੜੇ ਉਹ ਕਿੰਨੇ ਕਿੰਨੇ ਹੋਣੇ ਹੈਗੇ, ਉਹ ਤੁਹਾਡੇ ਹੋਣੇ ਹੈਗੇ ਫਾਇਰ 40-40 ਜਾਂ 50-50 ਫਾਇਰ ਆ ਜਿਹੜੇ ਇੱਕ ਗੰਨ ਦੇ ਹੋਣੇ ਹੈਗੇ, ਠੀਕ ਹੈ ਜੀ, ਜਿੱਦਾਂ ਲਾ ਲਓ SLR ਉਹਦੇ 40 ਫਾਇਰ ਹੋ ਗਏ, ਠੀਕ ਹੈ, 47 ਹੈ ਉਹਦੇ ਹੋ ਗਏ, LMG ਦੇ ਹੋ ਗਏ, ਠੀਕ ਹੈ, ਅਤੇ ਇੱਕ 0.22 ਮਿਨੀਏਚਰ ਹੈਗੀ, ਠੀਕ ਹੈ, ਉਹਦੇ ਹੋ ਜਾਣਗੇ। ਉਹ 0.22 ਮਿਨੀਏਚਰ ਦਾ ਇੱਦਾਂ ਹੁੰਦਾ ਸਿਸਟਮ, ਉਹ ਜਿੱਦਾਂ ਮੇਲਿਆਂ ਦੇ ਵਿੱਚ ਨਹੀਂ, ਮੇਲੇ 'ਚ ਜਾਂਦੇ ਹੁੰਦੇ ਆਪਾਂ, ਮੇਲਿਆਂ ਵਿੱਚ ਗੰਨ ਹੁੰਦੇ ਨੇ, ਇਸ ਟਾਈਪ ਤੁਹਾਡਾ ਜਿਹੜਾ ਮਤਲਬ
ਮੇਰੇ ਕਹਿਣ ਦਾ ਮਤਲਬ ਵੀ ਤੁਹਾਡਾ ਜਿਹੜਾ ਡਰ ਹੈ ਉਹ ਦੂਰ ਕਰਨ ਲਈ ਪਹਿਲਾਂ ਜਿਹੜਾ ਸਭ ਤੋਂ ਹਲਕਾ ਫਾਇਰ ਆ ਤੁਹਾਡੇ ਤੋਂ ਕਰਵਾਇਆ ਜਾਵੇਗਾ 0.22 ਨੇਚਰ ਦਾ, ਠੀਕ ਹੈ ਜੀ। ਅਤੇ ਕਾਰਬਾਈਨ ਦਾ ਹੋ ਗਿਆ, ਫਿਰ ਕਾਰਬਾਈਨ ਦਾ ਕਰਵਾਇਆ ਜਾਵੇਗਾ, ਇਹ ਸਾਰੇ ਫਾਇਰ ਆ ਜਿਹੜੇ ਤੁਹਾਡੇ ਤੋਂ ਕਰਵਾਏ ਜਾਣਗੇ। ਅਤੇ ਕਈ ਬੱਚਿਆਂ ਨੂੰ ਉੱਥੇ ਪ੍ਰੋਬਲਮ ਆਉਂਦੀ ਹੈਗੀ, ਕਈ ਬੱਚੇ ਕੀ ਹੈ ਲੈਫਟੀ ਹੁੰਦੇ ਹੈਗੇ, ਠੀਕ ਹੈ, ਉਹਨਾਂ ਦਾ ਜਿਹੜਾ ਸੱਜਾ ਹੱਥ ਉਹ ਕੰਮ ਨਹੀਂ ਕਰਦਾ ਹੁੰਦਾ, ਉਹ ਖੱਬੂ ਹੁੰਦੇ ਹੈਗੇ, ਤਾਂ ਉਹ ਕੀ ਆਪਣੇ ਖੱਬੇ ਮੋਢੇ 'ਤੇ ਰੱਖ ਕੇ ਵੀ ਕੀ ਹੈ ਜਿਹੜੇ ਫਾਇਰ ਉਹ ਕਰ ਸਕਦੇ ਹੈਗੇ, ਠੀਕ ਹੈ ਜੀ। ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ, ਜਿਹੜੀ ਇਹਦਾ ਖੋਲ੍ਹਣਾ ਜੋੜਨਾ ਉਹ ਵੀ ਉਹ ਉਸੇ ਤਰੀਕੇ ਨਾਲ ਕਰਨਾ ਜੀ, ਉਹਨਾਂ ਨੇ ਖੱਬੇ ਹੱਥ ਨਾਲ ਫਾਇਰ ਕਰਨਾ ਹੈਗਾ, ਠੀਕ ਹੈ। ਤਾਂ ਸਾਰਾ ਕੁਛ ਹੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕੀ ਹੈ ਖੱਬੇ ਹੱਥ ਨਾਲ ਜਿਹੜਾ ਕਰਨਾ ਹੈਗਾ। ਅਤੇ ਇਸ ਤੋਂ ਇਲਾਵਾ ਤੁਹਾਡੇ ਹੋਰ ਵੀ ਜਿਹੜੇ ਫਾਇਰ ਆ ਉਹ ਹੋ ਸਕਦੇ ਟ੍ਰੇਨਿੰਗ ਦੇ ਵਿੱਚ, ਟਾਈਮ ਟਾਈਮ ਕੀ ਹੈ ਚੇਂਜ ਹੁੰਦਾ ਰਹਿੰਦਾ ਬਹੁਤ ਸਾਰਾ ਕੁਛ, ਹੋ ਸਕਦਾ ਕੁਝ ਨਵੇਂ ਵੈਪਨ ਆ ਜਾਣ, ਠੀਕ ਹੈ, ਇਹਨਾਂ ਦੇ ਫਾਇਰ ਹੋ ਸਕਦਾ ਨਾ ਹੋਣ, ਜਾਂ ਇਹਨਾਂ ਦੇ ਵੀ ਹੋ ਜਾਣ ਨਾਲ ਕੁਛ ਨਵੇਂ ਵੈਪਨ ਆ ਜਿਹੜੇ ਉਹ ਐਡ ਹੋ ਜਾਣ, ਇੱਦਾਂ ਕੀ ਹੈ ਟ੍ਰੇਨਿੰਗ ਦੇ ਵਿੱਚ ਜਿਹੜਾ ਉਹ ਚੇਂਜ ਆਉਂਦਾ ਰਹਿੰਦਾ ਹੈਗਾ ਟਾਈਮ ਟਾਈਮ 'ਤੇ। ਅਤੇ ਤੁਹਾਡੇ ਇੱਕ ਤਰ੍ਹਾਂ ਦੇ ਟੈਸਟ ਹੀ ਹੁੰਦੇ ਆ ਜਿਹੜੇ ਤੁਹਾਡਾ ਜਦੋਂ ਤੁਹਾਡੇ ਫਾਇਰ ਹੁੰਦਾ ਹੈਗਾ ਤਾਂ ਨੋਟ ਕੀਤਾ ਜਾਂਦਾ ਹੈਗਾ, ਠੀਕ ਹੈ ਜੀ, ਕਿਹਨੇ ਕਿੰਨੇ ਫਾਇਰ ਲਗਾਇਆ। ਜਿੱਦਾਂ ਤੁਸੀਂ ਮੰਨ ਲਓ ਫਾਇਰ ਕੀਤਾ ਇੱਕ ਵਾਰ, ਤਾਂ ਤੁਸੀਂ ਆਪ ਜਾ ਕੇ ਉੱਥੇ ਭੱਜ ਕੇ ਜਾਣਾ ਰੇਂਜ 'ਤੇ ਚੈੱਕ ਕਰਨਾ ਵੀ ਤੁਹਾਡੇ ਫਾਇਰ ਆ ਜਿਹੜੇ ਉਹ ਕਿੱਥੇ ਕਿੱਥੇ ਲੱਗਿਆ, ਅਤੇ ਉੱਥੇ ਇੱਕ ਠੀਕ ਹੈ ਇੰਸਟਰਕਟਰ ਹੋਣਾ ਹੈਗਾ, ਅਤੇ ਉਹਨੇ ਚੈੱਕ ਕਰ ਲੈਣਾ ਵੀ ਕਿਹਦੇ ਫਾਇਰ ਜ਼ਿਆਦਾ ਲੱਗਿਆ, ਕਿਹਦੇ ਬਾਹਰ ਲੱਗਿਆ ਜਾਂ ਅੰਦਰ ਲੱਗਿਆ, ਠੀਕ ਹੈ। ਉਸ ਹਿਸਾਬ ਨਾਲ ਤੁਹਾਨੂੰ ਕੀ ਸਾਰਿਆਂ ਨੂੰ ਜਿਹੜੇ ਉਹ ਨੰਬਰ ਹੈਗੇ ਉਹ ਮਿਲਣੇ ਹੈਗੇ, ਪਾਸ ਆ ਜਿਹੜਾ ਲਗਭਗ ਤੁਸੀਂ ਸਾਰਿਆਂ ਨੇ ਕੀ ਹੋ ਜਾਣਾ ਹੈਗਾ, ਠੀਕ ਹੈ ਜੀ। ਅਤੇ ਜਿਹੜੇ ਫਾਇਰ ਹੈਗੇ ਇਹ ਸ਼ੋਰਟ ਰੇਂਜ ਦੇ ਵੀ ਹੋਣੇ, ਲੌਂਗ ਰੇਂਜ ਦੇ ਵੀ ਹੋਣੇ, ਠੀਕ ਹੈ। ਮੰਨ ਲਓ ਤੁਸੀਂ ਟਾਰਗੇਟ ਨੂੰ ਹਿੱਟ ਕਰਨਾ ਤੁਹਾਡੇ ਬਹੁਤ ਨੇੜੇ ਹੈਗਾ, ਠੀਕ ਹੈ, ਤਾਂ ਨੇੜੇ ਵੀ ਹੋਊਗਾ, ਕੁਝ ਜਿਹੜੇ ਕਿ ਜ਼ਿਆਦਾ ਦੂਰੀ 'ਤੇ ਹੋਣਗੇ ਤੁਹਾਡੇ ਜਿਹੜੇ ਟਾਰਗੇਟ ਹੈਗੇ। ਸੋ ਜਿਹੜੀ ਵੈਪਨ ਟ੍ਰੇਨਿੰਗ ਹੈ ਉਹਦੇ ਵਿੱਚ ਆਹੀ ਕੁਛ ਹੁੰਦਾ ਹੈਗਾ ਵੈਪਨ ਟ੍ਰੇਨਿੰਗ ਦੇ ਵਿੱਚ, ਠੀਕ ਹੈ। ਇੱਕ ਤਾਂ ਆਪਣਾ ਜਿਹੜਾ ਹੈਗਾ ਮੂੰਹ ਜ਼ਬਾਨੀ ਟੈਸਟ ਹੁੰਦਾ ਹੈਗਾ, ਠੀਕ ਹੈ, ਇੱਕ ਪ੍ਰੈਕਟੀਕਲ ਹੋਣਾ ਫਾਇਰ, ਠੀਕ ਹੈ ਜੀ, ਵਾਈਬਾ ਕਹਿੰਦੇ ਜਿਹਨੂੰ ਆਪਾਂ ਇੱਕ ਵਾਈਬਾ ਹੋਣਾ ਹੈਗਾ, ਉਹਦੇ ਵਿੱਚ ਤੁਹਾਨੂੰ ਤੋਂ ਪੁੱਛਿਆ ਜਾਵੇਗਾ ਵੀ ਕੀ ਕੁਛ ਹੈ ਇਹਦਾ, ਠੀਕ ਹੈ, ਵੈਪਨ ਦੇ ਬਾਰੇ ਕੋਈ ਵੀ ਜਾਣਕਾਰੀ ਤੁਹਾਡੇ ਤੋਂ ਜਿਹੜੀ ਪੁੱਛੀ ਜਾ ਸਕਦੀ ਹੈਗੀ, ਵੈਪਨ ਨੂੰ ਕਿੱਦਾਂ ਹੱਥ ਦੇ ਵਿੱਚ ਫੜਨਾ, ਇਹ ਸਾਰਾ ਕੁਛ ਤੁਹਾਨੂੰ ਜਿਹੜਾ ਕੀ ਹੈ ਟ੍ਰੇਨਿੰਗ ਦੇ ਵਿੱਚ ਸਿਖਾਇਆ ਜਾਵੇਗਾ ਕਿਵੇਂ ਫਾਇਰ ਕਰਨਾ ਹੈਗਾ, ਠੀਕ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਕਿਹੜੇ ਕਿਹੜੇ ਵੈਪਨ ਆ ਜਿਹੜਾ ਉਹਨਾਂ ਦਾ ਟ੍ਰੇਨਿੰਗ ਸੈਂਟਰ ਦੇ ਵਿੱਚ ਫਾਇਰ ਹੁੰਦਾ ਹੈਗਾ, ਕਿੱਦਾਂ ਕਿੱਦਾਂ ਉਹਨਾਂ ਦੇ ਟੈਸਟ ਹੋਣੇ ਹੈਗੇ, ਇਹ ਸਾਰਾ ਕੁਛ ਕੀ ਤੁਹਾਨੂੰ ਦੱਸ ਚੁੱਕੇ ਹਾਂਗੇ। ਇਸ ਤੋਂ ਇਲਾਵਾ ਇੱਕ ਤੁਹਾਡਾ ਜਿਹੜਾ ਸਲਾਨਾ ਫਾਇਰ ਉਹ ਹੋਇਆ ਕਰਨਾ, ਜਦੋਂ ਤੁਸੀਂ ਟ੍ਰੇਨਿੰਗ ਕਰ ਲਈ, ਟ੍ਰੇਨਿੰਗ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਆ ਗਏ ਤਾਂ ਹਰ ਇੱਕ ਸਾਲ ਕੀ ਤੁਹਾਡੇ ਜਿਹੜੇ ਫਾਇਰ ਉਹ ਹੋਇਆ ਕਰਨਗੇ, ਠੀਕ ਹੈ ਜੀ, ਹਰ ਸਾਲ ਤੁਹਾਡੇ ਜਿਹੜੇ ਫਾਇਰ ਉਹ ਹੋਇਆ ਕਰਨਗੇ। ਸੋ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਸੋ ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਮਿਲਾਂਗੇ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।